ਖੇਡ ਸੰਸਾਰ ਪ੍ਰੋਗਰਾਮ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਹਰ ਵਾਰ ਦੀ ਤਰ੍ਹਾਂ ਖੇਡ ਸੰਸਾਰ ਪ੍ਰੋਗਰਾਮ ਦੇ ਵਿੱਚ ਅੱਜ ਇੱਕ ਉੱਘੀ ਖੇਡ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਅਤੇ ਖਾਸ ਮਾਣ ਵਾਲੀ ਗੱਲ ਇਹ ਹੈ ਕਿ ਇਸ ਖੇਡ ਸ਼ਖਸੀਅਤ ਨੇ ਕੌਮੀ ਪੱਧਰ ਉੱਤੇ ਅਤੇ ਕੌਮਾਂਤਰੀ ਪੱਧਰ ਉੱਤੇ ਦੇਸ਼ ਨੂੰ ਵੱਡਾ ਮਾਣ ਦਵਾਇਆ। ਖੇਡਾਂ ਅਤੇ ਖਿਡਾਰੀਆਂ ਦੇ ਲਈ ਅੜਿੱਕੇ ਕੋਈ ਨਵੀਂ ਗੱਲ ਨਹੀਂ ਹੁੰਦੀ, ਉਹਨਾਂ ਲਈ ਇਹ ਆਮ ਗੱਲ ਹੈ ਅਤੇ ਉਹ ਇਸ ਅੜਿੱਕੇ ਦੀ ਹਰ ਵਾਧਾ ਨੂੰ ਪਾਰ ਕਰਦਿਆਂ ਸਫਲਤਾ ਦੇ ਮੁਕਾਮ ਤੱਕ ਪਹੁੰਚਦੇ ਨੇ ਅਤੇ ਜਦੋਂ ਗੱਲ ਅੜਿੱਕਿਆਂ ਦੀ ਹੁੰਦੀ ਹੈ ਤਾਂ ਐਥਲੈਟਿਕਸ ਅਤੇ ਇਸ ਦੇ ਵਿੱਚ ਹਰਡਲਸ ਦੀ ਦੌੜ ਕਾਫੀ ਮੁਸ਼ਕਲ ਮੰਨੀ ਜਾਂਦੀ ਹੈ, ਪਰ ਜੋ ਕਾਬਿਲ ਖਿਡਾਰੀ ਨੇ ਉਹ ਇਸ ਅੜਿੱਕੇ ਨੂੰ ਪਾਰ ਕਰਕੇ ਵੀ ਸਫਲਤਾ ਤੱਕ ਪਹੁੰਚਦੇ ਨੇ ਅਤੇ ਅੱਜ ਸਾਡੇ ਸਟੂਡੀਓਜ਼ ਵਿੱਚ ਮੌਜੂਦ ਨੇ। ਐਥਲੈਟਿਕਸ ਦੀ ਇਸੇ ਵਨਗੀ ਯਾਨੀ ਕਿ ਹਰਡਲਸ ਦੀ ਦੌੜ ਦੇ ਮਾਹਿਰ ਖਿਡਾਰੀ ਅਤੇ ਵਰਲਡ ਪੁਲਿਸ ਖੇਡਾਂ ਅਤੇ ਕੌਮੀ ਪੱਧਰ ਦੀਆਂ ਪੁਲਿਸ ਖੇਡਾਂ ਵਿੱਚ ਸੋਨੇ ਦਾ ਮੈਡਲ ਜੇਤੂ ਸੰਦੀਪ ਲਾਰੈਂਸ ਜੀ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਐਥਲੈਟਿਕਸ ਸੰਬੰਧੀ, ਉਹਨਾਂ ਦੇ ਸਫ਼ਰ ਸੰਬੰਧੀ ਅਤੇ ਇਸ ਖੇਡ ਵਨਗੀ ਬਾਰੇ ਕੁਝ ਹੋਰ ਜਾਣਕਾਰੀ ਵੀ ਹਾਸਲ ਕਰਾਂਗੇ। ਸੋ ਸਭ ਤੋਂ ਪਹਿਲਾਂ ਸੰਦੀਪ ਲਾਰੈਂਸ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਕਿ ਤੁਸੀਂ ਦੂਰਦਰਸ਼ਨ ਦੇ ਸਟੂਡੀਓਜ਼ ਪਹੁੰਚੇ ਹੋ ਅੱਜ ਦੀ ਇਸ ਗੱਲਬਾਤ ਲਈ ਅਤੇ ਤੁਹਾਡੇ ਕੋਲੋਂ ਇਸ ਸੰਬੰਧੀ ਗੱਲਬਾਤ ਕਰਾਂਗੇ ਅਤੇ ਇੱਕ ਵਾਰ ਫਿਰ ਤੁਹਾਨੂੰ ਜੀ ਆਇਆਂ ਨੂੰ ਧੰਨਵਾਦ ਜੀ। ਧੰਨਵਾਦ ਜੀ। ਸੋ ਸੰਦੀਪ ਲਾਰੈਂਸ ਜੀ, ਵਰਲਡ ਪੁਲਿਸ ਖੇਡਾਂ ਦੇ ਸੋਨੇ ਦਾ ਮੈਡਲ ਜੇਤੂ ਐਥਲੀਟ, ਸਭ ਤੋਂ ਪਹਿਲਾਂ ਉਹਨਾਂ ਬਾਰੇ ਜਾਣਾਂਗੇ ਕਿ ਉਹਨਾਂ ਦਾ ਇਹ ਸਫ਼ਰ ਕਿੱਥੋਂ ਸ਼ੁਰੂ ਹੋਇਆ, ਭਾਵ ਕਿ ਉਹਨਾਂ ਦੇ ਪਿਛੋਕੜ ਅਤੇ ਉਹਨਾਂ ਦੇ ਜੀਵਨ ਸੰਬੰਧੀ ਕੁਝ ਮੁੱਢਲੀ ਜਾਣਕਾਰੀ ਹਾਸਲ ਕਰਾਂਗੇ। ਮੈਂ ਜਲੰਧਰ ਦੇ ਨਜ਼ਦੀਕ ਹੀ ਕਪੂਰਥਲਾ ਅਤੇ ਜਲੰਧਰ ਦੇ ਵਿਚਕਾਰ ਸਾਡਾ ਪਿੰਡ ਆ ਚਮਿਆਰਾ ਜੀ, ਮੈਂ ਉੱਥੋਂ ਬਿਲੋਂਗ ਕਰਦਾ ਜੀ, ਅਤੇ ਖਾਲਸਾ ਸਕੀ ਸੀਨੀਅਰ ਸੈਕੰਡਰੀ ਸਕੂਲ ਖਹਿਰਾ ਮਾਝਾ, ਉੱਥੋਂ ਮੈਂ ਪਲੱਸ ਟੂ ਤੱਕ ਆਪਣੀ ਪੜ੍ਹਾਈ ਕੀਤੀ ਜੀ, ਅਤੇ ਪਲੱਸ ਟੂ ਤੋਂ ਬਾਅਦ ਵਿੱਚ ਜਦੋਂ ਜੋਨਲ ਪੱਧਰ ਦੇ ਸਕੂਲ ਪੱਧਰ ਦੇ ਜਦੋਂ ਕੰਪੀਟੀਸ਼ਨ ਆਉਂਦੇ ਆ ਹਾਂਜੀ, ਉਹਨਾਂ ਕੰਪੀਟੀਸ਼ਨ ਤੋਂ ਹੀ ਮੈਂ ਐਥਲੈਟਿਕਸ ਦੇ ਵਿੱਚ ਪਾਰਟੀਸਪੇਟ ਕੀਤਾ ਡਿਸਕਸ ਥਰੋ ਦੇ ਵਿੱਚ। ਅੱਛਾ ਜੀ। ਅਤੇ ਉਹ ਡਿਸਕਸ ਥਰੋ ਦੇ ਵਿੱਚ ਤਿਆਰੀ ਕਰਨ ਦੇ ਲਈ ਮੇਰੇ ਕਜ਼ਨ ਨੇ ਹੈਪੀ ਕਬੱਡੀ ਪਲੇਅਰ, ਅੱਛਾ ਜੀ, ਉਹਨਾਂ ਨੇ ਮੈਨੂੰ ਸਪੋਰਟਸ ਕਾਲਜ ਵਿਖੇ ਲਿਆਂਦਾ, ਉੱਥੇ ਮੈਂ ਡਿਸਕਸ ਦੀ ਟ੍ਰੇਨਿੰਗ ਕਰਨੀ ਸ਼ੁਰੂ ਕੀਤੀ ਜੀ, ਅਤੇ ਫਿਰ ਮੈਂ ਡਿਸਟ੍ਰਿਕਟ ਪੱਧਰ ਤੱਕ ਡਿਸਕਸ ਥਰੋ ਕੀਤੀ ਜੀ। ਸੋ ਜਿਵੇਂ ਕਿ ਤੁਸੀਂ ਦੱਸਿਆ ਕਿ ਤੁਸੀਂ ਇੱਕ ਪਿੰਡ ਦੇ ਨਾਲ ਸੰਬੰਧਿਤ ਰੱਖਦੇ ਹੋ, ਹਾਂਜੀ, ਉਸ ਇਲਾਕੇ ਦਾ ਤੁਹਾਡਾ ਪਿਛੋਕੜ ਜੁੜਦਾ। ਸੋ ਬਹੁਤ ਸਾਰੀਆਂ ਖੇਡਾਂ ਹੁੰਦੀਆਂ ਨੇ ਜੋ ਇੱਕ ਬੱਚੇ ਦੇ ਮਨ ਵਿੱਚ, ਨੌਜਵਾਨ ਦੇ ਮਨ ਵਿੱਚ ਵੀ ਆਉਂਦੀਆਂ ਨੇ, ਵੇਖਦਾ ਵੀ ਹੈ, ਅਤੇ ਐਥਲੈਟਿਕਸ ਦੇ ਵੱਲ ਤੁਹਾਡਾ ਰੁਝਾਨ ਕਿਵੇਂ ਬਣਿਆ, ਤੁਸੀਂ ਇਹ ਕਿਵੇਂ ਇਹ ਚੀਜ਼ ਤੁਹਾਡੇ ਮਨ 'ਚ ਆਈ ਕਿ ਇਸ ਖੇਡ ਦੇ ਨਾਲ ਜੁੜਨਾ, ਜਾਂ ਇਹਦੇ ਵਿੱਚ ਅੱਗੇ ਵਧਣਾ, ਜਾਂ ਇਹਦੇ ਵਿੱਚ ਤਿਆਰੀ ਕਰਨੀ, ਐਥਲੈਟਿਕਸ ਦੇ ਨਾਲ ਤੁਹਾਡਾ ਜੁੜਨਾ ਕਿਵੇਂ ਹੋਇਆ? ਹਾਂਜੀ, ਐਥਲੈਟਿਕਸ ਦੇ ਸਾਡੇ ਪਿੰਡਾਂ ਦੇ ਵਿੱਚ ਨਾ ਕਬੱਡੀ ਦਾ ਬਹੁਤ ਰੁਝਾਨ ਆ ਜੀ, ਸਾਡੇ ਆਪਣੇ ਪਿੰਡ ਚਮਿਆਰੇ ਦਾ ਨਾਮ ਕਬੱਡੀ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਜਾਣਿਆ ਜਾਂਦਾ, ਜਿੱਥੇ ਪੰਜਾਬੀ ਰਹਿੰਦੇ ਨੇ ਉੱਥੇ ਕਬੱਡੀ ਦੇ ਵਿੱਚ ਸਾਡੇ ਪਿੰਡ ਦਾ ਨਾਂ ਜਾਣਿਆ ਜਾਂਦਾ। ਹਾਂਜੀ। ਅਤੇ ਮੇਰਾ ਰੁਝਾਨ ਸਕੂਲ ਟਾਈਮ ਦੇ ਵਿੱਚ ਜਦੋਂ ਜੋਨਲ ਲੈਵਲ 'ਤੇ ਮੈਂ ਐਥਲੈਟਿਕਸ ਵੱਲ ਗਿਆ, ਸ਼ੁਰੂ ਤੋਂ ਮੇਰਾ ਧਿਆਨ ਐਥਲੈਟਿਕਸ ਵੱਲ ਸੀਗਾ ਜੀ, ਅਤੇ ਫਿਰ ਸਪੋਰਟਸ ਕਾਲਜ ਵਿਖੇ ਆ ਕੇ ਮੈਂ ਆਪਣੀ ਐਥਲੈਟਿਕ ਦੀ ਸ਼ੁਰੂਆਤ ਕੀਤੀ ਜੀ। ਮਹਿੰਦਰ ਸਿੰਘ ਢਿੱਲੋਂ ਕੋਚ ਸਾਹਿਬ ਸੀ ਜਿਨ੍ਹਾਂ ਦੇ ਕੋਲ ਮੈਂ ਡਿਸਕਸ ਥਰੋ ਦੀ ਸ਼ੁਰੂਆਤ ਕੀਤੀ, ਪਰ ਉਹਨਾਂ ਨੇ ਮੇਰੀ ਟੇਲੈਂਟ ਜਾਂ ਮੇਰੇ ਵਿੱਚ ਜੋ ਕੁਆਲਿਟੀ ਆ ਉਹ ਦੇਖਦੇ ਹੋਏ ਉਹਨਾਂ ਨੇ ਮੈਨੂੰ ਡਿਸਕਸ ਥਰੋ ਤੋਂ ਐਥਲੈਟਿਕ ਵੱਲ ਮੋੜ ਦਿੱਤਾ। ਉਹਨਾਂ ਨੇ ਡਿਸਕਸ ਥਰੋ ਤੋਂ ਮੈਨੂੰ 400 ਮੀਟਰ ਹਰਡਲ ਕਰਨ ਦੇ ਲਈ ਉਹਨਾਂ ਨੇ ਪ੍ਰੇਰਿਤ ਕੀਤਾ ਜੀ। ਹੁਣ ਤੁਸੀਂ ਦੱਸਿਆ ਕਿ ਤੁਸੀਂ ਐਥਲੈਟਿਕਸ ਦੇ ਵੱਲ ਤੁਹਾਡਾ ਰੁਝਾਨ ਬਣਿਆ, ਡਿਸਕਸ ਥਰੋ ਦੀ ਤੋਂ ਹੋ ਕੇ ਤੁਸੀਂ ਫਿਰ ਦੌੜਾਂ ਵੱਲ ਆਏ, 400 ਮੀਟਰ ਹਰਡਲਸ ਅੜਿੱਕਾ ਦੌੜ ਵੱਲ ਆਏ, ਜਾਂ ਫਿਰ ਤੁਸੀਂ
ਹੋਰਨਾਂ ਦੌੜਾਂ ਵਿੱਚ ਵੀ ਅੱਗੇ ਜਾ ਕੇ ਹੱਥ ਅਜ਼ਮਾਇਆ। ਸੋ ਤੁਹਾਨੂੰ ਇਹ ਲੱਗਾ ਕਿ ਤੁਹਾਡੀ ਮੁਹਾਰਤ ਜਿਹੜੀ ਆ ਉਹ ਦੌੜਾਂ ਵਿੱਚ ਜ਼ਿਆਦਾ ਆ, ਤੁਹਾਡੇ ਕੋਚ ਸਾਹਿਬ ਦਾ ਫੈਸਲਾ ਤੁਸੀਂ ਮੰਨਿਆ, ਪਰ ਅੱਗੇ ਜਾ ਕੇ ਤੁਹਾਡੀ ਆਪਣੀ ਮੁਹਾਰਤ ਵੀ ਇਹਨਾਂ ਖੇਡਾਂ ਵਿੱਚ ਬਣੀ? ਜੋ ਸਕੂਲ ਲੈਵਲ ਦੇ ਕੋਚ ਹੁੰਦੇ ਆ ਉਹਨਾਂ ਦਾ ਸਭ ਤੋਂ ਮੇਨ ਕੰਮ ਇਹ ਹੁੰਦਾ ਕਿ ਇੱਕ ਛੋਟੇ ਪਲੇਅਰ ਦੇ ਵਿੱਚੋਂ, ਇੱਕ ਛੋਟੇ ਬੱਚੇ ਦੇ ਵਿੱਚੋਂ ਅਸੀਂ ਟੈਲੈਂਟ ਲੱਭਣਾ ਕਿ ਉਹ ਸਹੀ ਟਰੈਕ 'ਤੇ ਜਾ ਰਿਹਾ, ਕੀ ਉਹ ਸਹੀ ਗੇਮ ਕਰ ਰਿਹਾ ਆ, ਇਹਦੀ ਬੋਡੀ ਦੇ ਅਕੋਰਡਿੰਗ, ਉਹਦੀ ਜੋ ਸਟਰੈਂਥ ਦੇ ਅਕੋਰਡਿੰਗ ਉਹਨਾਂ ਨੂੰ ਦੇਖ ਕੇ ਕਿ ਇਹ ਲੜਕਾ ਜਾਂ ਇਹ ਬੱਚਾ ਇਹਦੇ ਨਾਲੋਂ ਜ਼ਿਆਦਾ ਇਹ ਚੀਜ਼ ਬੈਟਰ ਕਰ ਸਕਦਾ, ਇਹ ਇੱਥੇ ਉਹਨਾਂ ਦਾ ਬਹੁਤ ਵੱਡਾ ਰੋਲ ਹੁੰਦਾ। ਸੋ ਮਹਿੰਦਰ ਸਿੰਘ ਢਿੱਲੋਂ ਸਾਡੇ ਥਰੋਇੰਗ ਦੇ ਕੋਚ ਸੀਗੇ, ਥਰੋ ਈਵੈਂਟਸ ਦੇ ਕੋਚ ਸੀਗੇ। ਉਸ ਤੋਂ ਬਾਅਦ ਉਹਨਾਂ ਨੇ ਜਦੋਂ ਦੇਖਿਆ ਕਿ ਇਹ 400 ਮੀਟਰ ਹਰਡਲ ਜਾਂ ਹਰਡਲ ਵੱਲ ਜਾਂ ਰੇਸ ਵੱਲ ਜ਼ਿਆਦਾ ਵਧੀਆ ਤਰੀਕੇ ਨਾਲ ਕਰ ਸਕਦੇ ਆ, ਫਿਰ ਉਹਨਾਂ ਨੇ ਮੈਨੂੰ ਰਾਮ ਪ੍ਰਤਾਪ ਕੋਚ ਸਾਹਿਬ ਦੇ ਹਵਾਲੇ ਕੀਤਾ ਅਤੇ ਉਹਨਾਂ ਨੇ ਮੈਨੂੰ ਸਟਾਰਟਿੰਗ ਦੇ ਵਿੱਚ 400 ਮੀਟਰ ਹਰਡਲ ਜਿਹੜੀ ਆ ਜਾਂ ਆਪਣੇ ਉਹਨੂੰ ਟ੍ਰੇਨਿੰਗ ਦੇਣਾ ਸ਼ੁਰੂ ਕੀਤਾ ਜੀ। 400 ਮੀਟਰ ਹਰਡਲਸ ਅੜਿੱਕਾ ਦੌੜ ਜਿਹੜੀ ਹੈ, ਜਿਹਦੇ ਵਿੱਚ ਦੌੜਨਾ ਵੀ ਹੁੰਦਾ ਅਤੇ ਅੜਿੱਕਿਆਂ ਨੂੰ ਵੀ ਪਾਰ ਕਰਨਾ ਹੁੰਦਾ, ਬੜੀ ਮੁਸ਼ਕਲ ਇੱਕ ਵੰਨਗੀ ਹੁੰਦੀ ਹੈ, ਸੌਖੀ ਨਹੀਂ ਹੁੰਦੀ। ਸੋ ਇਹਦੇ ਲਈ ਤਿਆਰੀ ਵੀ ਸੁਭਾਵਿਕ ਤੌਰ 'ਤੇ ਕਾਫੀ ਕਰਨੀ ਪੈਂਦੀ ਹੈ, ਇਹਦੇ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਹੁੰਦੀਆਂ ਨੇ। ਇਹ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਕਿ ਇਸ ਹਰਡਲਸ ਦੌੜ ਦੇ ਲਈ ਕਿਹੋ ਜਿਹੀ ਤਿਆਰੀ ਕਰਨੀ ਪੈਂਦੀ ਹੈ, ਕਿੰਨਾ ਸਮਾਂ ਲਾਉਣਾ ਪੈਂਦਾ ਹੈ ਅਤੇ ਕਿੰਨੀ ਮਿਹਨਤ ਇਹਦੇ ਵਿੱਚ ਜਿਹੜੀ ਉਹ ਲੱਗਦੀ ਹੈ? 400 ਮੀਟਰ ਅਥਲੈਟਿਕ ਦੇ ਵਿੱਚ ਈਵੈਂਟਾਂ ਦੇ ਵਿੱਚੋਂ ਜਿੰਨੇ ਵੀ ਈਵੈਂਟ ਨੇ ਅਥਲੈਟਿਕ ਦੇ, ਉਹਨਾਂ ਦੇ ਵਿੱਚ 400 ਮੀਟਰ ਹਰਡਲ ਐਂਡ 400 ਮੀਟਰ ਔਰ 800 ਮੀਟਰ ਇਹ ਸਭ ਤੋਂ ਟਫ ਈਵੈਂਟਸ ਮੰਨੇ ਜਾਂਦੇ ਆ ਅਤੇ ਇਹਨਾਂ ਦੇ ਲਈ ਸਟੈਮਿਨਾ, ਇੰਡਿਓਰੈਂਸ ਜੀ, ਸਟਰੈਂਥ ਅਤੇ ਸਪੀਡ, ਇਹਨਾਂ ਤਿੰਨਾਂ ਚੀਜ਼ਾਂ ਦਾ ਕੰਬੀਨੇਸ਼ਨ ਜਿਹੜਾ ਆ ਉਹ ਇੱਕ 400 ਮੀਟਰ ਦਾ ਅਥਲੀਟ ਨੂੰ ਅਥਲੀਟ ਬਣਾਉਂਦਾ ਜੀ। ਇਹਦੇ ਵਿੱਚ ਜਿਹੜਾ ਵੀ ਵਧੀਆ ਤੋਂ ਵਧੀਆ ਤਰੀਕੇ ਦੇ ਨਾਲ ਜ਼ਿਆਦਾ ਵਧੀਆ ਇਹਨਾਂ ਚੀਜ਼ਾਂ ਦਾ ਕੰਬੀਨੇਸ਼ਨ ਬਣਾਏਗਾ ਅਤੇ ਉਹ 400 ਮੀਟਰ 'ਚ ਵਧੀਆ ਅਥਲੀਟ ਬਣੇਗਾ ਜੀ। ਸੋ ਇਹ ਇੱਕ ਤਰੀਕੇ ਨਾਲ ਦੋਵੇਂ ਵੰਨਗੀਆਂ ਜਿਹੜੀਆਂ ਨੇ ਆਪਾਂ ਕਹਿ ਸਕਦੇ ਕਿ ਜੁੜਦੀਆਂ ਹਰਡਲਸ ਵੀ ਅਤੇ 400 ਮੀਟਰ 400 ਮੀਟਰ ਜਿਹੜੀ ਦੌੜ ਆ ਹਰਡਲ 400 ਮੀਟਰ ਰੇਸ ਤੋਂ ਇੱਦਾਂ ਵੱਖ ਹੁੰਦੀ ਕਿ 400 ਮੀਟਰ ਹਰਡਲ ਦੇ ਵਿੱਚ ਇੱਕ ਲਿਮਿਟਡ ਸਟੈਪ ਹੁੰਦੇ ਨੇ ਜਿਹਦੇ ਵਿੱਚ ਸਾਨੂੰ ਉਹਨਾਂ ਸਟੈਪਸ ਦੇ ਅਕੋਰਡਿੰਗ ਹੀ ਸਾਨੂੰ ਪੂਰੀ ਰੇਸ ਕਵਰ ਕਰਨੀ ਪੈਂਦੀ ਆ ਅਤੇ ਉਹਨਾਂ ਸਟੈਪਸ ਦੇ ਵਿੱਚ ਹੀ ਸਾਨੂੰ ਸਪੀਡ ਪਾਉਣੀ ਪੈਂਦੀ ਆ ਅਤੇ ਉਹਨਾਂ ਸਟੈਪ ਦੇ ਲਾਸਟ ਦੇ ਵਿੱਚ ਉਹਨਾਂ ਸਟੈਪ ਦੇ ਨਾਲ ਹੀ ਫਿਨਿਸ਼ ਕਰਨੀ ਪੈਂਦੀ ਹੈ ਜੀ। ਸੋ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਵੰਨਗੀਆਂ ਦੋਵੇਂ ਜਿਹੜੀਆਂ ਨੇ ਆਪੋ ਆਪਣੇ ਤਰ੍ਹਾਂ ਦੀ ਚੁਣੌਤੀ ਪੇਸ਼ ਕਰਦੀਆਂ ਨੇ ਅਤੇ ਦੋਵਾਂ ਲਈ ਤਿਆਰੀ ਵੀ ਜਿਹੜੀ ਆ ਉਹ ਕੁਝ ਹੱਦ ਤੱਕ ਵੱਖੋ ਵੱਖਰੀ ਹੀ ਕਰਨੀ ਪੈਂਦੀ ਹੈ, ਪਰ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਇਹਨਾਂ ਦੀ ਦੋਹਾਂ ਪਾਸੇ ਮੁਹਾਰਤ ਅਤੇ ਇਸੇ ਕਰਕੇ ਆਪਾਂ ਇਹਨਾਂ ਕੋਲੋਂ ਇਸ ਸੰਬੰਧੀ ਜਾਣਕਾਰੀ ਲੈ ਰਹੇ ਹਾਂ। ਇਹਦੇ ਨਾਲ ਜੁੜਦਾ ਇੱਕ ਸਵਾਲ ਇਹ ਹੈ ਕਿ ਇਹ ਤਾਂ ਗੱਲ ਹੋ ਗਈ ਸਰੀਰਕ ਤਿਆਰੀ ਦੀ, ਅਤੇ ਇਹਦੇ ਨਾਲ ਨਾਲ ਜਿਹੜੀ ਡਾਇਟ ਆ, ਖਾਣ ਪੀਣ ਆ, ਉਹਦੀ ਵੀ ਉਨੀ ਮਹੱਤਤਾ ਆ ਜਦੋਂ ਆਪਾਂ ਗੱਲ ਸਰੀਰਕ ਤਿਆਰੀ ਦੀ ਕਰਦੇ ਹਾਂ। ਸੋ ਇੱਕ ਐਥਲੀਟ ਦੀ, ਖਾਸਕਰ ਹਰਡਲਸ ਅਤੇ 400 ਮੀਟਰ ਦੌੜ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਜਿਹੜਾ ਦੌੜਾ ਕੇ ਆ ਉਹਦੀ ਤਿਆਰੀ ਦੇ ਨਾਲ ਨਾਲ ਉਹਦੀ ਡਾਇਟ ਦੀ ਮਹੱਤਤਾ, ਖਾਣ ਪੀਣ ਕਿਹੋ ਜਿਹਾ ਹੋਣਾ ਚਾਹੀਦਾ, ਕਿਹੋ ਜਿਹੀਆਂ ਚੀਜ਼ਾਂ ਦੀ ਆਮ ਤੌਰ 'ਤੇ ਲੋੜ ਮੰਨੀ ਜਾਂਦੀ ਹੈ ਅਤੇ ਕਿਹੜੀਆਂ ਚੀਜ਼ਾਂ ਆਪਾਂ ਕਹਿੰਦੇ ਕਿ ਇਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਜਦੋਂ ਗੱਲ ਹੁੰਦੀ ਹੈ ਇੱਕ ਦੌੜਾਕ ਦੀ, ਖੁਰਾਕ ਦੀ? ਇੱਕ ਸਪੋਰਟਸ ਪਰਸਨ ਜੀ ਉਹਦੀ ਲਾਈਫ ਦੇ ਵਿੱਚ ਡਿਸਿਪਲਿਨ ਹੋਣਾ ਬੜਾ ਜ਼ਰੂਰੀ ਆ, ਬਹੁਤ, ਔਰ ਡਾਇਟ ਵੀ ਰੈਸਟ ਵੀ ਇਹ ਸਾਰਾ ਡਿਸਿਪਲਿਨ ਦਾ ਪਾਰਟ ਆ ਜਾਂਦਾ ਜੀ। ਸੋ ਸਾਡੇ ਅਥਲੈਟਿਕ ਦੇ ਵਿੱਚ ਖਾਸ ਕਰਕੇ 400 ਮੀਟਰ ਰਨਿੰਗ ਦੇ ਵਿੱਚ, ਹਰਡਲ ਸਪ੍ਰਿੰਟ ਦੇ ਵਿੱਚ ਡਾਇਟ ਦੀ ਇੰਪੋਰਟੈਂਸ ਬਹੁਤ ਜ਼ਿਆਦਾ ਆ ਜਾਂਦੀ ਆ, ਜਿਹਦੇ ਵਿੱਚ ਕਿ ਸਾਨੂੰ ਬੜੀ ਲਿਮਿਟਡ ਔਰ ਸਹੀ ਤਰੀਕੇ ਦੀ ਡਾਇਟ ਖਾਣੀ ਪੈਂਦੀ ਆ, ਤਲੀਆਂ ਜਾਂ ਹੋਰ ਚੀਜ਼ਾਂ ਦਾ ਪਰਹੇਜ਼ ਕਰਕੇ ਜੀ ਬੜੀ ਬੈਲੈਂਸ ਜੇ ਤਰੀਕੇ ਦੇ ਨਾਲ ਡਾਇਟ ਖਾਣੀ ਪੈਂਦੀ ਆ। ਜੇ ਕੋਈ ਨੌਨ ਵੈਜ ਖਾਂਦਾ ਤਾਂ ਉਹਨੂੰ ਨੌਨ ਵੈਜ ਦੀ ਬੜਾ ਲਿਮਿਟਡ ਜਾਂ ਲਿਮਿਟਡ ਖੁਰਾਕ ਖਾਣੀ ਪੈਂਦੀ ਜੀ। ਹਾਂਜੀ,
ਸੋ ਇਹਦੇ ਵਿੱਚ ਆਪਾਂ ਇਹ ਮੰਨਦੇ ਹਾਂ ਕਿ ਜਿਹੜੀਆਂ ਤਲੀਆਂ ਚੀਜ਼ਾਂ ਜਾਂ ਜਿਹੜੀਆਂ ਆਮ ਅੱਜ ਕੱਲ੍ਹ ਫਾਸਟ ਫੂਡ ਜਾਂ ਜਿਹੜੇ ਰੁਝਾਨ ਚੱਲਿਆ ਇਹਨਾਂ ਤੋਂ ਬਿਲਕੁਲ ਪਰਹੇਜ਼ ਰੱਖਣਾ ਚਾਹੀਦਾ, ਖਾਸ ਕਰ ਨੌਜਵਾਨਾਂ ਨੂੰ। ਡਿਸਿਪਲਿਨ ਦਾ ਹੀ ਪਾਰਟ ਆ ਜਾਂਦਾ ਜੀ ਇਹਦੇ ਵਿੱਚ, ਸਾਨੂੰ ਇਹਨਾਂ ਚੀਜ਼ਾਂ ਤੋਂ ਦੂਰ ਰਹਿ ਕੇ ਜਿਹੜੀ ਇੱਕ ਐਥਲੀਟ ਦੀ ਡਾਇਟ ਆ ਉਹ ਇੱਕ ਸਕੂਲ ਦੇ ਬੱਚੇ ਦੇ ਹੋਮਵਰਕ ਵਾਂਗ ਹੁੰਦੀ ਆ ਜੀ। ਇਹ ਸਾਡਾ ਐਥਲੀਟ ਦਾ ਇੱਕ ਹੋਮਵਰਕ ਹੀ ਆ ਕਿ ਜਦੋਂ ਗਰਾਊਂਡ ਦੇ ਵਿੱਚ ਮਿਹਨਤ ਕਰ ਲਈ, ਮਿਹਨਤ ਸਾਰਿਆਂ ਨੇ ਕੀਤੀ, ਘਰ ਆ ਕੇ ਜਿਹਨੇ ਵਧੀਆ ਤਰੀਕੇ ਨਾਲ ਡਾਇਟ ਲਈ, ਵਧੀਆ ਤਰੀਕੇ ਨਾਲ ਆਪਣਾ ਰੈਸਟ ਕੀਤੀ, ਅਤੇ ਉਹ ਐਥਲੀਟ ਬਾਕੀ ਐਥਲੀਟਾਂ ਨਾਲੋਂ ਆਪਣੇ ਆਪ ਵੱਖ ਹੋ ਜਾਂਦਾ ਜੀ। ਸੋ ਤੁਹਾਡੇ ਕਹਿਣ ਦਾ ਭਾਵ ਇਹ ਵੀ ਹੈ ਕਿ ਮੈਦਾਨ ਦੇ ਵਿੱਚ ਜਿੰਨਾ ਪਸੀਨਾ ਵਹਾਇਆ, ਹਾਂਜੀ, ਜਿੰਨੀ ਮਿਹਨਤ ਕੀਤੀ, ਜਿੰਨੇ ਘੰਟੇ ਲਾਏ, ਹਾਂਜੀ, ਉਹਨਾਂ ਦਾ ਅਸਲ ਅਰਥ ਉਦੋਂ ਹੀ ਨਿਕਲ ਕੇ ਆਉਣਾ ਜਦੋਂ ਖੁਰਾਕ ਜਿਹੜੀ ਆ ਨਾਲ ਮਿਲਦੀ ਜੁਲਦੀ ਹੋਊਗੀ। ਖੁਰਾਕ ਜੇ ਖੁਰਾਕ ਸਹੀ ਨਹੀਂ ਤਾਂ ਜਿਹੜੀ ਮਿਹਨਤ ਕੀਤੀ ਜਿਹੜੀ ਉਹਦਾ ਰੰਗ ਫਿਰ ਉਹਨਾਂ ਨਜ਼ਰ ਨਹੀਂ ਆਉਂਦਾ ਜੀ। ਸੋ ਇਹ ਵੀ ਬੜਾ ਜ਼ਰੂਰੀ ਨੁਕਤਾ ਹੈ। ਆਸ ਕਰਦੇ ਕਿ ਸਾਡੇ ਨੌਜਵਾਨ ਐਥਲੀਟ ਜੋ ਇਸ ਗੱਲਬਾਤ ਨੂੰ ਸੁਣ ਰਹੇ ਨੇ, ਵੇਖ ਰਹੇ ਨੇ, ਉਹਨਾਂ ਨੇ ਨੁਕਤਾ ਜਿਹੜਾ ਜ਼ਰੂਰ ਨੋਟ ਕੀਤਾ ਹੋਵੇਗਾ। ਇਸ ਤੋਂ ਬਾਅਦ ਗੱਲ ਜ਼ਿਕਰ ਕਰੀਏ ਕਿ ਤੁਸੀਂ ਜਿਨ੍ਹਾਂ ਜਿਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲਿਆ, ਤੁਹਾਡਾ ਤਜਰਬਾ ਹੁਣ ਤੱਕ, ਤੁਸੀਂ ਸੂਬਾ ਪੱਧਰ ਉੱਤੇ ਵੀ ਖੇਡੇ ਆ, ਕੌਮੀ ਪੱਧਰ ਉੱਤੇ ਵੀ ਅਤੇ ਕੌਮਾਂਤਰੀ ਪੱਧਰ ਉੱਤੇ ਵੀ, ਜਿੱਥੇ ਤੁਸੀਂ ਸੋਨੇ ਦਾ ਮੈਡਲ ਦੇਸ਼ ਨੂੰ ਜਿਤਾਇਆ ਵਿਸ਼ਵ ਪੁਲਿਸ ਖੇਡਾਂ ਵਿੱਚ, ਸੋ ਇਹ ਜਿਹੜਾ ਤੁਹਾਡਾ ਤਜਰਬਾ ਉਹਦੇ ਬਾਰੇ ਜ਼ਰੂਰ ਸਾਡੇ ਨਾਲ ਕੋਈ ਜਾਣਕਾਰੀ ਸਾਂਝੀ ਕਰੋ ਕਿ ਤੁਸੀਂ ਕਿਹੜੇ ਕਿਹੜੇ ਖੇਤਰਾਂ ਵਿੱਚ ਹੁਣ ਤਾਂ ਹੀ ਜਿਹੜਾ ਪ੍ਰਦਰਸ਼ਨ ਕਰ ਚੁੱਕੇ ਹੋ। ਮੈਂ ਆਲ ਇੰਡੀਆ ਪੁਲਿਸ ਗੇਮਸ ਦੇ ਵਿੱਚ ਜੀ 3 ਵਾਰ ਮੈਡਲ ਪ੍ਰਾਪਤ ਕੀਤਾ ਜੀ, 3 ਵਾਰ ਜੀ, 3 ਵਾਰ ਗੋਲਡ ਮੈਡਲ ਪ੍ਰਾਪਤ ਕੀਤਾ, ਔਰ ਵਰਲਡ ਪੁਲਿਸ ਗੇਮਸ ਵਿਨੀਪੈਗ ਜੀ ਕੈਨੇਡਾ ਦੇ ਵਿੱਚ ਹੋਈਆਂ ਸੀਗੀਆਂ, ਉਸ ਤੋਂ ਮੈਂ ਗੋਲਡ ਮੈਡਲ ਪ੍ਰਾਪਤ ਕੀਤਾ ਜੀ। ਜੀ ਹਾਂਜੀ, ਔਰ ਉੱਥੇ ਵੀ ਵਧੀਆ ਕੰਪੀਟੀਸ਼ਨ ਸੀਗਾ, ਚੰਗੇ ਐਥਲੀਟ ਆਏ ਸੀਗੇ, ਸਾਰੀਆਂ ਕੰਟਰੀਆਂ ਦੇ ਚੰਗੇ ਐਥਲੀਟ ਆਉਂਦੇ ਆ ਅਤੇ ਉਹ ਚੰਗੀ ਤਿਆਰੀ ਕਰਕੇ ਆਉਂਦੇ ਆ। ਸੋ ਬਾਜੀ ਵਿਆਹ ਕੀ ਮੇਰੀ ਵੀ ਤਿਆਰੀ ਠੀਕ ਸੀ ਜੀ। ਜੀ ਜੀ ਜੀ, ਤੁਹਾਡੀ ਤਿਆਰੀ ਇੰਨੀ ਠੀਕ ਸੀ ਕਿ ਤੁਸੀਂ ਦੇਸ਼ ਨੂੰ ਬਹੁਤ ਵੱਡਾ ਮਾਣ ਦਵਾਇਆ, ਅਤੇ ਨਾਲ ਹੀ ਤੁਹਾਡੇ ਤਜਰਬੇ ਦੇ ਵਿੱਚੋਂ ਇੱਕ ਚੀਜ਼ ਅਸੀਂ ਇਹ ਵੀ ਜਾਣਨੀ ਚਾਹਾਂਗੇ ਕਿ ਤੁਸੀਂ ਕੌਮਾਂਤਰੀ ਮੰਚ ਉੱਤੇ ਗਏ ਹੋ, ਦੁਨੀਆ ਭਰ ਦੇ ਐਥਲੀਟ ਤੁਹਾਡੇ ਨਾਲ ਮੁਕਾਬਲਾ ਕਰਨ ਪਹੁੰਚੇ, ਤੁਸੀਂ ਉੱਥੇ ਮੈਡਲ ਜਿੱਤਿਆ, ਕੀ ਫਰਕ ਕੀ ਵੇਖਦੇ ਹੋ ਤੁਸੀਂ ਸਾਡੇ ਦੇਸ਼ ਦੇ ਐਥਲੀਟਾਂ ਅਤੇ ਬਾਹਰਲੇ ਐਥਲੀਟਾਂ ਦੇ ਵਿੱਚ ਉਹਨਾਂ ਦੀ ਤਿਆਰੀ ਦੇ ਵਿੱਚ? ਕਿਉਂਕਿ ਇੱਥੇ ਆਪਾਂ ਖਾਸ ਜ਼ਿਕਰ ਕਰਨਾ ਚਾਹਾਂਗੇ ਬਹੁਤ ਸਾਰੇ ਦੇਸ਼ ਜਿਵੇਂ ਕਿ ਅਫਰੀਕਾ ਦੇ ਛੋਟੇ ਦੇਸ਼, ਇਥੀਓਪੀਆ ਵਰਗੇ ਦੇਸ਼ ਜਿਨ੍ਹਾਂ ਨੂੰ ਗੁਰਬਤ ਮਾਰੇ ਦੇਸ਼ ਕਹਿ ਦਿੱਤਾ ਜਾਂਦਾ ਹੈ, ਪਰ ਉਹਨਾਂ ਦੇ ਐਥਲੀਟ ਜਿਹੜੇ ਨੇ ਉਹ ਕੌਮਾਂਤਰੀ ਪੱਧਰ ਉੱਤੇ ਲਗਾਤਾਰ ਚਮਕਦੇ ਆ, ਖਾਸ ਕਰ ਲੰਮੀਆਂ ਦੂਰੀ ਦੀਆਂ ਦੌੜਾਂ ਦੇ ਵਿੱਚ। ਸੋ ਤੁਹਾਡੇ ਹਿਸਾਬ ਨਾਲ ਸਾਡੇ ਦੇਸ਼ ਦੇ ਐਥਲੈਟਿਕਸ ਦੇ ਢਾਂਚੇ ਵਿੱਚ ਕੁਝ ਹੋਰ ਸੁਧਾਰ ਕੀਤੇ ਜਾਣ ਦੀ ਲੋੜ ਹੈ, ਜਾਂ ਕੀ ਫਰਕ ਤੁਸੀਂ ਮਹਿਸੂਸ ਕਰਦੇ ਹੋ? ਦੇਖੋ, ਇੱਥੇ ਇੱਦਾਂ ਦੇਖਦੇ ਆ ਜੀ, ਜਿਹੜੇ ਤਾਂ ਚੰਗੇ ਵਿਕਸਿਤ ਦੇਸ਼ ਆ ਜੀ, ਉਹਨਾਂ ਦਾ ਇਨਫਰਾਸਟ੍ਰਕਚਰ, ਉਹਨਾਂ ਦਾ ਛੋਟੇ ਬੱਚਿਆਂ 'ਚੋਂ ਟੈਲੈਂਟ ਲੱਭਣਾ ਜੀ, ਉਹ ਸਿਸਟਮ ਉਹਨਾਂ ਦਾ ਬਹੁਤ ਵਧੀਆ ਹੈ, ਬਹੁਤ ਵਧੀਆ ਹੈ। ਉਹਨਾਂ ਦਾ ਹਰ ਵਰਗ ਦੇ, ਹਰ ਏਜ ਦੇ ਪਲੇਅਰ ਦੇ ਲਈ ਇੱਕ ਅਕੈਡਮੀ ਬਣੀ ਹੋਈ ਆ ਜੀ, ਔਰ ਹਰ ਜਗ੍ਹਾ ਦੇ ਉੱਤੇ ਉਹਨਾਂ ਦੇ ਕੋਚਿਸ ਹੈਗੇ ਨੇ। ਅਤੇ ਸਾਡੇ ਦੇਸ਼ ਦੇ ਵਿੱਚ ਇਨਫਰਾਸਟ੍ਰਕਚਰ ਦੀ ਬਹੁਤ ਕਮੀ ਹੈ। ਹੁਣ ਜਲੰਧਰ 'ਚ ਜਾਂ ਦੇਖਿਆ ਜਾਵੇ ਜਾਂ ਪੰਜਾਬ 'ਚ ਦੇਖਿਆ ਜਾਵੇ ਜੀ, ਪ੍ਰੋਫੈਸ਼ਨਲ ਜਿਹੜੇ ਐਥਲੈਟਿਕ ਦੇ ਟਰੈਕ ਆ ਉਹ ਗਿਣਵੇਂ ਚੁਣਵੇਂ ਟਰੈਕ ਨੇ। ਹਰ ਡਿਸਟ੍ਰਿਕਟ ਦੇ ਵਿੱਚ ਇੱਕ ਜਾਂ ਦੋ ਚੰਗੇ ਪ੍ਰੋਫੈਸ਼ਨਲ ਟਰੈਕ ਹੋਣੇ ਚਾਹੀਦੇ ਆ, ਹਰ ਗੇਮ ਦੇ ਚੰਗੇ ਸਟੇਡੀਅਮ ਹੋਣੇ ਚਾਹੀਦੇ ਆ, ਚੰਗੀਆਂ ਗਰਾਊਂਡਾਂ ਹੋਣੀਆਂ ਚਾਹੀਦੀਆਂ ਆ, ਹਾਕੀ ਦੇ ਐਸਟ੍ਰੋਟ੍ਰਾਫ ਹਰ ਸ਼ਹਿਰ ਦੇ ਵਿੱਚ ਹੋਣ, ਫੁੱਟਬਾਲ ਦੀਆਂ ਚੰਗੀਆਂ ਗਰਾਊਂਡਾਂ ਹਰ ਸ਼ਹਿਰ 'ਚ ਹੋਣ, ਐਥਲੈਟਿਕਸ ਦੇ ਟਰੈਕ ਹਰ ਸ਼ਹਿਰ 'ਚ ਹੋਣ, ਜਿਹਦੇ ਨਾਲ ਕਿ ਬੱਚੇ ਦਾ ਬੇਸ ਉਹਨਾਂ ਗਰਾਊਂਡਾਂ 'ਤੇ ਬਣ ਜਾਂਦਾ ਆ ਜਿਹਨਾਂ ਗਰਾਊਂਡਾਂ 'ਤੇ ਇੰਟਰਨੈਸ਼ਨਲ ਲੈਵਲ 'ਤੇ ਜਾ ਕੇ ਪਾਰਟੀਸਪੇਟ ਕਰਨਾ, ਪਰਫੋਰਮ ਕਰਨਾ। ਜੀ ਜੀ ਜੀ, ਸੋ ਆਪਾਂ ਵੇਖਦੇ ਹਾਂ ਕਿ ਸਾਡੇ ਪਿੰਡਾਂ 'ਚ ਪ੍ਰਤਿਭਾ ਦੀ ਕੋਈ ਕਮੀ ਨਹੀਂ, ਟੈਲੈਂਟ ਦੀ ਕੋਈ ਕਮੀ ਨਹੀਂ।
ਸੋ ਆਪਾਂ ਇਹ ਵੀ ਚੀਜ਼ ਮਹਿਸੂਸ ਕਰਦੇ ਹਾਂ ਕਿ ਸਾਡੇ ਬਹੁਤੇ ਜਿਹੜੇ ਪਿੰਡਾਂ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚੇ ਜਿਨ੍ਹਾਂ 'ਚ ਦੌੜਨ ਦੀ ਸਮਰੱਥਾ ਮੌਜੂਦ ਹੁੰਦੀ ਆ ਉਹ ਜਾਂ ਤਾਂ ਨੰਗੇ ਪੈਰੀਂ ਜਾਂ ਫਿਰ ਮਿੱਟੀ 'ਚ ਦੌੜਦੇ ਆ ਜਿਵੇਂ ਕਿ ਤੁਸੀਂ ਜ਼ਿਕਰ ਕੀਤਾ ਕਿ ਉਹਨਾਂ ਨੂੰ ਉਸ ਪੱਧਰ ਦੇ ਟਰੈਕ ਮਿਲਣੇ ਜ਼ਰੂਰੀ ਆ ਜਿਸ ਪੱਧਰ ਦੇ ਉਹਨਾਂ ਨੇ ਕੌਮਾਂਤਰੀ ਪੱਧਰ ਉੱਤੇ ਅੱਗੇ ਜਾ ਕੇ ਮੁਕਾਬਲਿਆਂ ਵਿੱਚ ਵੇਖਣੇ ਹੁੰਦੇ ਆ ਸੋ ਇਹ ਬਹੁਤ ਜ਼ਰੂਰੀ ਨੁਕਤਾ ਆ ਜੋ ਇਹਨਾਂ ਨੇ ਦੱਸਿਆ ਕਿ ਬੇਸ ਜਿਹੜਾ ਆ ਉਹ ਬਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਤੁਹਾਡਾ ਇਸ ਬਾਰੇ ਕੀ ਮੰਨਣਾ ਹੈ ਕਿ ਸਾਡਾ ਪੰਜਾਬ ਸੂਬਾ ਜਿਹੜਾ ਖੇਡਾਂ 'ਚ ਕਿਸੇ ਵੇਲੇ ਬਹੁਤ ਮੋਹਰੀ ਸੂਬਾ ਹੋਇਆ ਕਰਦਾ ਸੀ ਹੁਣ ਵੀ ਵਾਪਸੀ ਕਰ ਰਿਹਾ ਲੱਗਦਾ ਪਰ ਪੰਜਾਬ ਅੰਦਰ ਐਥਲੈਟਿਕਸ ਦੇ ਖਿਡਾਰੀ ਹਾਂਜੀ ਆਉਂਦੇ ਸਮੇਂ ਦੌਰਾਨ ਨਿਕਲ ਸਕਦੇ ਨੇ ਕਿਉਂਕਿ ਤੁਸੀਂ ਵਿਚਰਦੇ ਹੋ ਇਸ ਖੇਤਰ ਵਿੱਚ ਤੁਹਾਡਾ ਕੀ ਮੰਨਣਾ ਪੰਜਾਬ ਦੇ ਵਿੱਚ ਟੈਲੈਂਟ ਦੀ ਪੰਜਾਬ ਦੇ ਪਿੰਡਾਂ ਦੇ ਵਿੱਚ ਟੈਲੈਂਟ ਦੀ ਕੋਈ ਕਮੀ ਨਹੀਂ ਹੈ ਜੀ ਬਸ ਜੇ ਥੋੜ੍ਹੀ ਜਿਹੀ ਕਮੀ ਹੈ ਵੀ ਉਹ ਸਿਰਫ ਸਾਡੇ ਡਿਸਟ੍ਰਿਕਟ ਜਾਂ ਛੋਟੇ ਸ਼ਹਿਰਾਂ ਦੇ ਵਿੱਚ ਛੋਟੇ ਪਿੰਡਾਂ ਦੇ ਵਿੱਚ ਜਿਹੜੀ ਕਿ ਅਕੈਡਮੀਜ਼ ਨਹੀਂ ਹੈਗੀਆਂ ਐਥਲੈਟਿਕਸ ਦੀਆਂ ਜੀ ਐਥਲੈਟਿਕਸ ਦੀਆਂ ਗਰਾਊਂਡਸ ਨਹੀਂ ਹੈਗੀਆਂ ਜੀ ਜਿਨ੍ਹਾਂ ਦੇ ਕਰਕੇ ਪਲੇਅਰਾਂ ਨੂੰ ਕਾਫੀ ਕਾਫੀ ਦੂਰ ਜਾਣਾ ਪੈਂਦਾ ਦੂਰ ਜਾਣਾ ਪੈਂਦਾ ਵਰਕਆਊਟ ਕਰਨ ਲਈ ਪ੍ਰੈਕਟਿਸ ਕਰਨ ਲਈ ਬੜੀ ਦੂਰ ਜਾਣਾ ਪੈਂਦਾ ਹੈ ਅਤੇ ਜੇ ਕਿਸੇ ਬੱਚੇ ਨੂੰ ਅਸੀਂ ਲਗਾਉਣਾ ਐਥਲੈਟਿਕ ਦੇ ਵਿੱਚ ਤਾਂ ਸਾਨੂੰ ਲੱਭਣਾ ਯਾਨੀ ਕਿ ਗਰਾਊਂਡ ਲੱਭਣੀਆਂ ਜਾਂ ਉਹ ਚੀਜ਼ਾਂ ਲੱਭਣ 'ਚ ਬੜੀ ਮੁਸ਼ਕਿਲ ਆਉਂਦੀ ਹੈ ਵੀ ਅਸੀਂ ਬੱਚਾ ਭੇਜੀਏ ਕਿਤੇ ਜੀ ਇਹ ਵੀ ਬੜਾ ਜ਼ਰੂਰੀ ਨੁਕਤਾ ਇਹਨਾਂ ਨੇ ਦੱਸਿਆ ਕਿ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ ਖਾਸ ਕਰ ਜੇਕਰ ਆਪਾਂ ਗੱਲ ਕਰੀਏ ਲੜਕੀਆਂ ਦੀ ਹਾਂਜੀ ਲੜਕੀਆਂ ਲਈ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਜਿਹੜਾ ਸਫ਼ਰ ਕਰ ਸਕਦੇ ਪਰ ਲੜਕੀਆਂ ਲਈ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਕਿ ਉਹਨਾਂ ਦੇ ਹਰ ਇੱਕ ਦੇ ਇਲਾਕੇ ਵਿੱਚ ਜਿਹੜੇ ਆ ਉਹ ਕੇਂਦਰ ਹੋਣੇ ਜ਼ਰੂਰੀ ਜੇ ਜੇ ਬੱਚਾ ਚਲੋ ਕਿਸੇ ਤਰ੍ਹਾਂ ਨਿਕਲ ਕੇ ਜਿਹੜੇ ਇੰਟਰਨੈਸ਼ਨਲ ਲੈਵਲ 'ਤੇ ਚੰਗਾ ਪਰਫੋਰਮ ਕਰਦਾ ਜਾਂ ਨੈਸ਼ਨਲ ਲੈਵਲ 'ਤੇ ਚੰਗਾ ਪਰਫੋਰਮ ਕਰਦਾ ਉਹਨਾਂ ਨੂੰ ਕੋਈ ਕਮੀ ਨਹੀਂ ਹੈ ਜਿਹੜੇ ਇੰਡੀਆ ਕੈਂਪ ਦੇ ਵਿੱਚ ਆ ਸਪੋਂਸਰ ਮਿਲ ਜਾਂਦੇ ਆ JSWR ਅਲਾਈਅੰਸ ਆ ਇਹ ਸਾਰੇ ਵਧੀਆ ਔਰ ਉੱਪਰ ਜਿਹੜੇ ਇੰਟਰਨੈਸ਼ਨਲ 'ਤੇ ਪਰਫੋਰਮ ਕਰਨ 'ਤੇ ਮਿਲਦੇ ਆ ਪਰ ਇੱਥੇ ਤੱਕ ਪਲੇਅਰ ਲੈ ਕੇ ਕਿੱਦਾਂ ਜਾਣਾ ਜਿਹੜਾ ਵਿਚਲਾ ਜ਼ੋਨ ਆ ਜੀ 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 ਉਹ ਜ਼ੋਨ ਨਹੀਂ ਕਵਰ ਕਰ ਪਾ ਰਹੇ ਕਿ ਉਹ ਬੱਚਿਆਂ ਨੂੰ ਕਿੱਦਾਂ ਖੇਡਾਂ ਨਾਲ ਜੋੜਿਆ ਜਾਵੇ ਜੀ ਉਹਨਾਂ 'ਚੋਂ ਟੈਲੈਂਟ ਲੱਭ ਕੇ ਕਿੱਦਾਂ ਵੱਡੀਆਂ ਚੰਗੀ ਸਟੇਟ ਲੈਵਲ ਕੰਪੀਟੀਸ਼ਨ ਲਈ ਤਿਆਰ ਕੀਤਾ ਜਾਵੇ ਸਟੇਟ ਲੈਵਲ ਵਾਲੇ ਜਿਹੜੇ ਬੱਚੇ ਆ ਉਹਨਾਂ ਨੂੰ ਕਿੱਦਾਂ ਅੱਗੇ ਨੈਸ਼ਨਲ ਪੱਧਰ ਲਈ ਜਾ ਕੇ ਤਿਆਰ ਕੀਤਾ ਜਾਵੇ ਇਹਨਾਂ ਚੀਜ਼ਾਂ 'ਚ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਕਮੀ ਹੈ ਕਿ ਕਾਫੀ ਚੰਗੇ ਸ਼ਹਿਰਾਂ ਦੇ ਵਿੱਚ ਅਕੈਡਮੀਜ਼ ਜਾਂ ਬੱਚਿਆਂ ਨੂੰ ਟ੍ਰੇਨਿੰਗ ਕਰਨ ਲਈ ਗਰਾਊਂਡਸ ਨਹੀਂ ਹੈ ਅਤੇ ਜਦੋਂ ਗੱਲ ਜ਼ਰੂਰੀ ਚੀਜ਼ਾਂ ਦੀ ਹੁੰਦੀ ਹੈ ਤਾਂ ਇੱਕ ਚੀਜ਼ ਹੋਰ ਬੜੀ ਜ਼ਰੂਰੀ ਹੈ ਜੋ ਹਰ ਇੱਕ ਖਿਡਾਰੀ ਦੀ ਜ਼ਿੰਦਗੀ ਵਿੱਚ ਖਾਸ ਅਹਿਮੀਅਤ ਰੱਖਦੀ ਹੈ ਉਹ ਹੈ ਉਸ ਦਾ ਆਰਥਿਕ ਪਹਿਲੂ ਖੇਡਾਂ ਦੇ ਨਾਲ ਨਾਲ ਆਰਥਿਕ ਸੁਰੱਖਿਆ ਨੌਕਰੀ ਅਤੇ ਸਥਾਪਿਤ ਹੋਣਾ ਬੜਾ ਜ਼ਰੂਰੀ ਹੁੰਦਾ ਹਰੇਕ ਖਿਡਾਰੀ ਦੀ ਜ਼ਿੰਦਗੀ ਵਿੱਚ ਇਸ ਚੀਜ਼ ਦੀ ਖਾਸ ਅਹਿਮੀਅਤ ਹੁੰਦੀ ਹੈ ਥੋੜ੍ਹਾ ਤੁਹਾਡੇ ਬਾਰੇ ਜਾਣਨਾ ਚਾਹਾਂਗੇ ਕਿ ਤੁਸੀਂ ਖੇਡਾਂ ਦੇ ਖੇਤਰ ਵਿੱਚ ਪ੍ਰਾਪਤੀਆਂ ਕੀਤੀਆਂ ਕੌਮਾਂਤਰੀ ਪੱਧਰ ਉੱਤੇ ਸੋਨੇ ਦਾ ਮੈਡਲ ਜਿੱਤਿਆ ਨਾਲ ਨਾਲ ਤੁਹਾਡਾ ਜਿਹੜਾ ਨੌਕਰੀ ਦਾ ਪਹਿਲੂ ਜਾਂ ਸਥਾਪਿਤ ਹੋਣ ਦਾ ਪਹਿਲੂ ਅਤੇ ਥੋੜ੍ਹਾ ਤੁਸੀਂ ਆਪਣੇ ਉਸ ਪੇਸ਼ੇ ਬਾਰੇ ਜ਼ਰੂਰ ਦੱਸੋ ਦੇਖੋ ਜਦੋਂ ਅਸੀਂ ਇੱਕ ਕਾਲਜ ਟਾਈਮ ਤੋਂ ਮੈਂ ਖਾਲਸਾ ਕਾਲਜ ਦੇ ਵਿੱਚ ਪ੍ਰੈਕਟਿਸ ਕੀਤੀ ਸਰਦਾਰ ਸਰਬਜੀਤ ਸਿੰਘ ਹੈਪੀ ਕੋਚ ਸਾਹਿਬ ਦੇ ਕੋਲ ਉਸ ਤੋਂ ਬਾਅਦ ਜਦੋਂ ਮੈਂ ਪਰਫੋਰਮ ਕੀਤਾ ਅਤੇ ਫਿਰ ਮੈਂ ਪੰਜਾਬ ਪੁਲਿਸ ਜੁਆਇਨ ਕੀਤੀ ਪੰਜਾਬ ਪੁਲਿਸ ਜੁਆਇਨ ਕਰਨ ਤੋਂ ਬਾਅਦ ਵਿੱਚ ਇੱਕ ਜਦੋਂ ਪਲੇਅਰ ਉਹ ਤਿਆਰ ਹੋ ਜਾਂਦਾ ਆ ਇੰਟਰਨੈਸ਼ਨਲ ਜਾਂ ਨੈਸ਼ਨਲ ਲੈਵਲ ਦੇ ਗੇਮਸ ਦੇ ਲਈ ਅਤੇ ਜਦੋਂ ਨੌਕਰੀ ਮਿਲਦੀ ਆ ਅਤੇ ਪਲੇਅਰ ਇੰਡੀਪੈਂਡੈਂਟ ਆਪਣੇ ਬਲਬੂਤੇ 'ਤੇ ਖੜਾ ਹੋ ਜਾਂਦਾ ਕਿ ਮੈਂ ਅੱਗੇ ਵਾਸਤੇ ਉਹਦੇ ਫਾਈਨੈਂਸ਼ਲੀ ਸਪੋਰਟ ਮਿਲ ਜਾਂਦੀ ਆ ਉਹਦੀ ਲਾਈਫ ਸਿਕਿਓਰ ਹੋ ਜਾਂਦੀ ਆ ਉਹਦਾ ਫਿਊਚਰ ਸਿਕਿਓਰ ਹੋ ਜਾਂਦਾ ਆ ਕਿ ਉਹ ਬੇਫਿਕਰ ਹੋ ਕੇ ਆਪਣੀ ਗੇਮ ਦੇ ਨਾਲ ਮਨ ਲਾ ਕੇ ਆਪਣੀ ਪ੍ਰੈਕਟਿਸ ਕਰ ਸਕਦਾ ਜੀ ਹਾਂਜੀ ਸੋ ਤੁਸੀਂ ਸੇਵਾਵਾਂ ਨਿਭਾ ਰਹੇ ਹੋ ਇਸ ਵੇਲੇ ਪੰਜਾਬ ਪੁਲਿਸ ਮਹਿਕਮੇ ਦੇ ਵਿੱਚ ਹਾਂਜੀ ਮੈਂ ਬਤੌਰ ASI ਪੰਜਾਬ ਪੁਲਿਸ ਦੇ ਵਿੱਚ ਸੇਵਾਵਾਂ ਨਿਭਾ ਰਿਹਾ ਜੀ
ਸੋ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਖੇਡਾਂ ਦੇ ਖੇਤਰ ਦੀਆਂ ਪ੍ਰਾਪਤੀਆਂ ਇੱਕ ਬੰਨੇ ਨੇ, ਪਰ ਖਿਡਾਰੀ ਦਾ ਨੌਕਰੀ ਪੱਖੋਂ ਸਥਾਪਿਤ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਬਹੁਤ ਸਾਰੀਆਂ ਸਮੱਸਿਆਵਾਂ ਖਿਡਾਰੀ ਦੀਆਂ ਇਸ ਪਹਿਲੂ ਜ਼ਰੀਏ ਘੱਟ ਹੋ ਜਾਂਦੀਆਂ ਨੇ ਜੀ। ਸਾਡਾ ਇਹ ਸਿਸਟਮ ਸਿਰਫ ਮੈਂ ਇੰਡੀਆ ਵਿੱਚ ਦੇਖਿਆ ਜੀ, ਫੋਰਨ ਦੇ ਵਿੱਚ ਇੱਦਾਂ ਦਾ ਕੋਈ ਸਿਸਟਮ ਨਹੀਂ ਹੈਗਾ ਜੀ। ਪਲੇਅਰ ਨੂੰ ਉੱਥੇ ਜਿੰਨਾ ਟਾਈਮ ਉਹ ਗੇਮ ਕਰਦੇ ਆ, ਜਿੰਨਾ ਟਾਈਮ ਸਪੋਰਟਸ ਕਰਦੇ ਆ, ਉਨਾ ਟਾਈਮ ਉਹਨਾਂ ਨੂੰ ਸਪੋਂਸਰਸ਼ਿਪ ਆਉਂਦੀ ਆ ਜੀ, ਉਸ ਤੋਂ ਬਾਅਦ ਉਹਨਾਂ ਨੂੰ ਕੁਛ ਨਹੀਂ ਆਉਂਦਾ। ਇਹ ਅਸੀਂ ਲੱਕੀ ਹਾਂ ਕਿ ਇੰਡੀਆ ਦਾ ਸਿਸਟਮ ਹਰ ਸਾਰੇ ਮਾੜੇ ਨਹੀਂ ਹੈ ਜੀ ਜੀ। ਨੌਕਰੀ ਮਿਲਦੀ ਆ ਇੱਕ ਨੈਸ਼ਨਲ ਲੈਵਲ ਦੇ ਪਲੇਅਰ ਨੂੰ, ਜਦੋਂ ਨੌਕਰੀ ਮਿਲ ਜਾਂਦੀ ਉਹਦਾ ਫਿਊਚਰ ਸਿਕਿਉਰ ਹੋ ਜਾਂਦਾ, ਉਹ ਗੇਮ ਕਰਦਾ। ਪਰ ਫੋਰਨ ਦੇ ਵਿੱਚ ਇੱਦਾਂ ਨਹੀਂ ਹੈ। ਉਹ ਤੁਸੀਂ ਦੇਖਿਆ ਹੋਣਾ ਕਿ ਬਾਸਕਟਬਾਲ ਦੇ ਜਾਂ NBA ਦੇ ਜਾਂ ਦੂਜੀਆਂ ਗੇਮਾਂ ਦੇ ਵੱਡੇ ਵੱਡੇ ਪਲੇਅਰ ਜਦੋਂ ਗੇਮ ਕਰਦੇ ਸਪੋਂਸਰ ਬੜਾ ਬਹੁਤ ਪੈਸਾ ਮਿਲਦਾ, ਪਰ ਕੁਛ ਟਾਈਮ ਬਾਅਦ ਅਸੀਂ ਉਹਨਾਂ ਨੂੰ ਸੜਕਾਂ 'ਤੇ ਰੋਲਦੇ ਵੀ ਦੇਖਦੇ ਹਾਂ ਜੀ, ਕਿਉਂਕਿ ਕਈ ਲੋਕ ਪੈਸਾ ਖਰਚ ਲੈਂਦੇ ਆ, ਉਹਨੂੰ ਬੈਲੈਂਸ ਨਹੀਂ ਕਰ ਪਾਉਂਦੇ। ਸੋ ਸਾਡੇ ਦੇਸ਼ ਦੇ ਵਿੱਚ ਵੱਡੇ ਪਲੇਅਰਾਂ ਨੂੰ ਕਦੀ ਇੱਦਾਂ ਨਹੀਂ ਦੇਖਣ ਨੂੰ ਮਿਲੇਗਾ, ਕਿਉਂਕਿ ਸਾਰੇ ਜਿਹੜਾ ਪਲੇਅਰ ਜਿਸ ਲੈਵਲ ਦਾ ਪਰਫੋਰਮ ਕਰੇਗਾ ਉਹਨੂੰ ਉਸ ਟਾਈਮ ਲੈਵਲ ਦੀ ਨੌਕਰੀ ਲਈ ਉਹ ਐਲੀਜੀਬਲ ਹੋ ਜਾਂਦਾ ਜੀ। ਅਤੇ ਇਸ ਗੱਲ ਦੇ ਨਾਲ ਤੁਸੀਂ ਕਿਤੇ ਨਾ ਕਿਤੇ ਇਤਫਾਕ ਰੱਖਦੇ ਆ ਕਿ ਆਪਣੇ ਦੇਸ਼ ਵਿੱਚ ਅਕਸਰ ਇਹ ਗੱਲ ਕਹੀ ਜਾਂਦੀ ਹੈ, ਸੁਣੀ ਜਾਂਦੀ, ਬਹੁਤ ਸਾਰੇ ਲੋਕ ਇਹਨੂੰ ਮੰਨਦੇ ਵੀ ਆ ਕਿ ਕੁਝ ਖਾਸ ਖੇਡਾਂ ਤੱਕ ਹੀ ਜ਼ਿਆਦਾ ਧਿਆਨ ਕੇਂਦਰਿਤ ਰਹਿੰਦਾ। ਮਿਸਾਲ ਦੇ ਤੌਰ 'ਤੇ ਕ੍ਰਿਕਟ ਦੀ ਗੱਲ ਹੋ ਗਈ, ਕੁਝ ਹੱਦ ਤੱਕ ਫੁੱਟਬਾਲ ਹੋ ਗਿਆ, ਜਾਂ ਫਿਰ ਕੁਝ ਹੋਰ ਖੇਡਾਂ ਜਿਨ੍ਹਾਂ ਦੀ ਮੀਡੀਆ ਵਿੱਚ ਕਾਫੀ ਚਰਚਾ ਹੁੰਦੀ ਹੈ। ਕੀ ਇਹ ਗੱਲ ਨਾਲ ਤੁਸੀਂ ਇਤਫਾਕ ਰੱਖਦੇ ਹੋ ਕਿ ਕੁਝ ਖਾਸ ਖੇਡਾਂ ਤੱਕ ਹੀ ਜ਼ਿਆਦਾ ਧਿਆਨ ਦਿੱਤਾ ਜਾਂਦਾ? ਹਾਂਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪੰਜਾਬ ਦੇ ਵਿੱਚ ਕਬੱਡੀ ਅਤੇ ਇੰਡੀਆ ਲੈਵਲ 'ਤੇ ਕ੍ਰਿਕਟ ਵੱਲ ਜ਼ਿਆਦਾ ਧਿਆਨ ਦਿੱਤਾ ਜਾਂਦਾ। ਉਹਦਾ ਕਾਰਨ ਇਹ ਵੀ ਆ ਕਿ ਕ੍ਰਿਕਟ ਜਾਂ ਇਹਨਾਂ ਗੇਮਾਂ ਦੇ ਲਈ ਇਹਨਾਂ ਦਾ ਵੈਸੇ ਵੀ ਜਦੋਂ ਸਾਡੇ ਗਲੀ ਮੁਹੱਲੇ ਦੇ ਵਿੱਚ ਇਹਨਾਂ ਨਾਲ ਅਸੀਂ ਕਿਤੇ ਕਿਤੇ ਵੈਸੇ ਜੁੜ ਜਾਂਦੇ ਹਾਂ, ਇਹਨਾਂ ਲਈ ਕੋਈ ਵੱਡੀ ਗਰਾਊਂਡ ਦੀ ਜ਼ਰੂਰਤ ਨਹੀਂ ਹੁੰਦੀ। ਜੇ ਦੇਖਿਆ ਜਾਵੇ ਤਾਂ ਸਾਡੀ ਗਲੀ ਦੇ ਵਿੱਚ ਅਸੀਂ ਕ੍ਰਿਕਟ ਖੇਡ ਰਹੇ ਹਾਂ ਤਾਂ ਸ਼ਾਮ ਨੂੰ ਮੈਚ ਲੱਗਾ ਅਤੇ ਅਸੀਂ TV 'ਤੇ ਵੀ ਦੇਖਦੇ ਹਾਂ ਉਧਰ ਬਾਅਦ ਦਾ। ਦੂਸਰਾ ਜਿਹੜੀਆਂ ਇਹਨਾਂ ਦੀਆਂ BCCI ਜਿਹੜੀ ਕ੍ਰਿਕਟ ਬੋਰਡ ਆ, ਉਹ ਵੀ ਆਪਣੀ ਗੇਮ ਦੇ ਵੱਲ ਪੂਰਾ ਧਿਆਨ ਰੱਖਦੀ ਆ, ਆਪਣੇ ਪਲੇਅਰਾਂ ਨੂੰ ਵੱਡੇ ਪੱਧਰ 'ਤੇ ਲੈ ਕੇ ਜਾਂਦੇ ਆ, ਐਡ ਕਰਦੇ ਆ। ਅਤੇ ਸਾਡਾ ਲੈਕ ਆਫ ਸਿਸਟਮ ਇਹ ਥੋੜ੍ਹਾ ਰਹਿ ਜਾਂਦਾ ਕਿ ਸਾਡੇ ਚੰਗੇ ਪਲੇਅਰਾਂ ਨੂੰ ਚੰਗੇ ਸਪੋਂਸਰਸ ਨਹੀਂ ਮਿਲ ਪਾਉਂਦੇ ਐਥਲੀਟਾਂ ਦੀ, ਮਾੜੀ ਕਿਸਮਤ ਇਹ ਰਹਿ ਜਾਂਦੀ। ਬਿਲਕੁਲ ਬਿਲਕੁਲ। ਅਤੇ ਇਹਨਾਂ 'ਚ ਕੁਛ ਚੀਜ਼ਾਂ ਦੇ ਕਰਕੇ ਕਿ ਜਿਹੜੇ ਆ ਸਾਡੇ ਐਥਲੀਟ ਪਿੱਛੇ ਰਹਿ ਜਾਂਦੇ ਆ। ਸੋ ਇੱਕ ਚੀਜ਼ ਇਹ ਵੀ ਹੈ ਨਾਲ, ਇਹਦੇ ਨਾਲ ਜੁੜਦਾ ਸਵਾਲ ਇਹ ਵੀ ਹੈ ਕਿ ਬਹੁਤ ਸਾਰੀਆਂ ਖੇਡਾਂ ਵਿੱਚ ਪ੍ਰੋਫੈਸ਼ਨਲ ਲੀਗ ਚੱਲ ਪਈਆਂ, ਪ੍ਰੋ ਲੀਗ ਚੱਲ ਪਈਆਂ, ਜਿਨ੍ਹਾਂ ਰਾਹੀਂ ਖਿਡਾਰੀਆਂ ਨੂੰ ਪੈਸਾ ਵੀ ਮਿਲ ਜਾਂਦਾ, ਅਤੇ ਜਿਹੜੀ ਹੇਠਲੇ ਪੱਧਰ ਦੇ ਖਿਡਾਰੀ ਆ, ਜਿਹੜੇ ਸੂਬਾ ਪੱਧਰ ਦੇ ਖਿਡਾਰੀ, ਉਹਨਾਂ ਨੂੰ ਇੱਕ ਮੰਚ ਮਿਲ ਜਾਂਦਾ ਖੇਡਣ ਲਈ ਕੌਮਾਂਤਰੀ ਖਿਡਾਰੀਆਂ ਦੇ ਨਾਲ। ਮਿਸਾਲ ਦੇ ਤੌਰ 'ਤੇ ਕ੍ਰਿਕਟ ਦੀ IPL ਚੱਲਦੀ ਹੈ, ਕਬੱਡੀ ਦੀ ਵੀ ਲੀਗ ਚੱਲਦੀ ਹੈ, ਫੁੱਟਬਾਲ ਦੀ ਵੀ ਲੀਗ ਚੱਲਦੀ ਹੈ। ਤੁਹਾਡੇ ਮੁਤਾਬਕ ਅਥਲੈਟਿਕਸ ਦੀ ਵੀ ਦੇਸ਼ ਵਿੱਚ ਇੱਕ ਲੀਗ ਹੋਣੀ ਚਾਹੀਦੀ ਹੈ, ਜਾਂ ਇਹਦਾ ਫਾਇਦਾ ਹੋਊਗਾ? ਇਹਦਾ ਫਾਇਦਾ ਜੋ ਪਲੇਅਰ ਚੰਗੀ ਤਿਆਰੀ ਕਰ ਰਹੇ ਆ ਜੀ ਉਹਨਾਂ ਨੂੰ ਫਾਇਦਾ ਜਾਏਗਾ, ਲੋਕਾਂ ਦਾ, ਸਾਡੀ ਪਬਲਿਕ ਦਾ ਧਿਆਨ ਸਾਡੀ ਸਪੋਰਟਸ ਵੱਲ ਆਏਗਾ। ਇਹ ਲੀਗਸ ਇੱਦਾਂ ਦੀਆਂ ਹੋਣੀਆਂ ਚਾਹੀਦੀਆਂ। ਜਾਂ ਫੋਰਨ ਕੰਟਰੀ ਦੇ ਵਿੱਚ ਕੀ ਦੇਖਣ ਨੂੰ ਮਿਲਦਾ ਜ਼ਿਆਦਾਤਰ ਕਿ ਇੱਕ ਇੱਕ ਈਵੈਂਟ, ਜਿੱਦਾਂ ਕੋਈ ਪਬਲਿਕ ਫੋਰ ਸ਼ਾਰਟ ਪੁੱਟ ਆ ਜੀ, ਫੋਰ ਐਗਜ਼ਾਮਪਲ ਦੇਖਿਆ ਜਾਵੇ, ਜਾਂ 100 ਮੀਟਰ ਆ, ਉਹ ਇੱਕ ਟੈਂਪਰੇਰੀ ਟਰੈਕ ਵਿਛਾ ਦਿੰਦੇ ਆ ਸੜਕ ਦੇ ਵਿੱਚ ਜੀ, ਅਤੇ ਸਾਈਡਾਂ 'ਤੇ ਪਬਲਿਕ ਆਮ ਹੀ ਜਾ ਰਹੀ ਆ ਅਤੇ ਉਹ ਈਵੈਂਟ ਕਰਵਾ ਦਿੰਦੇ ਆ। ਸ਼ਾਰਟ ਪੁੱਟ ਦਾ ਈਵੈਂਟ ਕਿਸੇ ਇੱਦਾਂ ਦੀ ਪਬਲਿਕ ਪਲੇਸ 'ਤੇ ਕਰਾਉਂਦੇ ਜਿੱਥੇ ਲੋਕਾਂ ਦਾ ਆਉਣ ਜਾਣ ਜ਼ਿਆਦਾ ਆ, ਅਤੇ ਉਹ ਇੱਕ ਇੱਕ ਈਵੈਂਟ ਦੇ ਉੱਤੇ ਕਈ ਨਿੱਕੀਆਂ ਨਿੱਕੀਆਂ ਚੀਜ਼ਾਂ ਕਰਵਾਉਂਦੇ ਆ ਕਿ ਜਿਹਦੇ ਨਾਲ ਕਿ ਲੋਕਾਂ ਦਾ ਸਾਡੇ ਵੱਲ ਵੀ ਧਿਆਨ, ਅਥਲੀਟਾਂ ਵੱਲ ਵੀ ਧਿਆਨ ਆਏਗਾ, ਅਤੇ ਅਥਲੀਟਾਂ ਨੂੰ ਵੀ ਵਧੀਆ ਕੰਪੀਟੀਸ਼ਨ ਮਿਲਦਾ ਆ ਔਰ ਮੋਟੀਵੇਸ਼ਨ ਮਿਲਦੀ ਆ।
ਬਹੁਤ ਸਾਰੇ ਸਾਡੇ ਨੌਜਵਾਨ ਦਰਸ਼ਕ ਪ੍ਰੋਗਰਾਮ ਸੁਣ ਰਹੇ ਨੇ, ਵੇਖ ਰਹੇ ਨੇ, ਤੁਹਾਡੇ ਵਿਚਾਰਾਂ ਨੂੰ ਸੁਣਿਆ। ਤੁਸੀਂ ਕੁਝ ਸੰਦੇਸ਼ ਦੇਣਾ ਚਾਹੋਗੇ, ਕੋਈ ਗੱਲ ਖਾਸ ਨੁਕਤਾ ਸਾਂਝਾ ਕਰਨਾ ਚਾਹੋ, ਕੋਈ ਸਲਾਹ ਦੇਣੀ ਚਾਹੋਗੇ ਤਾਂ ਜ਼ਰੂਰ ਦਿਓ। ਦੇਖੋ, ਨੈਚੁਰਲੀ ਗੱਲ ਹੈ ਜੀ, ਸਾਡਾ ਪ੍ਰੋਗਰਾਮ ਸਿਰਫ ਖੇਡ ਪ੍ਰੇਮੀ ਦੇਖ ਰਹੇ ਹੋਣਗੇ, ਸਾਡੇ ਬੱਚੇ ਦੇਖ ਰਹੇ ਹੋਣਗੇ। ਮੇਰਾ ਬੱਚਿਆਂ ਨੂੰ ਜਾਂ ਨਵੀਂ ਯੰਗ ਜਨਰੇਸ਼ਨ ਨੂੰ ਇਹੀ ਮੈਸੇਜ ਆ ਕਿ ਸਪੋਰਟਸ ਦੇ ਵਿੱਚ ਦਿਲ ਲਗਾ ਕੇ ਮਿਹਨਤ ਕਰੋ। ਮਿਹਨਤ ਵੱਲ ਥੋੜ੍ਹਾ ਘੱਟ ਰੁਝਾਨ ਦੇਖ ਰਿਹਾ, ਸ਼ੋਰਟਕੱਟ ਜਾਂ ਹੋਰ ਤਰੀਕਿਆਂ ਵੱਲ ਜ਼ਿਆਦਾ ਧਿਆਨ ਲੱਗ ਰਿਹਾ ਆ ਕਿ ਮਿਹਨਤ ਸਭ ਤੋਂ ਪਹਿਲਾਂ ਆ। ਅਤੇ ਜੇ ਐਥਲੀਟ ਆ, ਜੇ ਪ੍ਰੈਕਟਿਸ ਕਰਦੇ ਆ, ਉਹ ਸਪਲੀਮੈਂਟ ਜਾਂ ਹੋਰ ਚੀਜ਼ਾਂ ਦੀ ਬਜਾਏ ਮਿਹਨਤ ਨੂੰ ਜ਼ਿਆਦਾ ਅੱਗੇ ਰੱਖਣ, ਬਾਕੀ ਸੈਕੰਡਰੀ ਚੀਜ਼ਾਂ ਰਹਿ ਜਾਂਦੀਆਂ ਨੇ ਜੀ। ਹਾਂਜੀ, ਸੋ ਬੜਾ ਕੀਮਤੀ ਸੁਨੇਹਾ ਇਹਨਾਂ ਨੇ ਦਿੱਤਾ ਕਿ ਸ਼ੋਰਟਕੱਟ ਜਾਂ ਛੋਟੇ ਰਾਹ ਲੱਭਣ ਦੀ ਥਾਂ ਮਿਹਨਤ ਕਰਕੇ, ਸਮੁੱਚੇ ਸਮੇਂ ਦੌਰਾਨ ਮਿਹਨਤ ਕਰਕੇ ਹੀ ਅੱਗੇ ਵਧਿਆ ਜਾ ਸਕਦਾ। ਜਿਵੇਂ ਕਿ ਐਥਲੈਟਿਕਸ ਵਿੱਚ ਇਹਨਾਂ ਨੇ ਪੂਰੀ 400 ਮੀਟਰ ਦਾ ਫਾਸਲਾ ਤੈਅ ਕਰਕੇ ਜੋ ਪ੍ਰਾਪਤੀ ਕੀਤੀ, ਇਸੇ ਤਰ੍ਹਾਂ ਸਾਰੇ ਖਿਡਾਰੀ ਵੀ ਜਿਹੜੇ ਨੇ ਉਹ ਸਮੁੱਚਾ ਸਫ਼ਰ ਤੈਅ ਕਰਨ ਤਾਂ ਪ੍ਰਾਪਤੀ ਦਾ ਮੁਕਾਮ ਜਿਹੜਾ ਉਹ ਬਹੁਤ ਉੱਚਾ ਬਣਦਾ। ਸੋ ਗੱਲਬਾਤ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਪ੍ਰੋਗਰਾਮ ਵਿੱਚ ਵੇਲਾ ਇਸ ਵੇਲੇ ਮੁਕੰਮਲ ਹੋਣ ਵੱਲ ਵੱਧ ਰਿਹਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਥੈਂਕ ਯੂ ਸੰਦੀਪ ਲੋਰੈਂਸ ਜੀ ਦਾ ਕਿ ਤੁਸੀਂ ਸਟੂਡੀਓਜ਼ ਵਿੱਚ ਆਏ, ਅੱਜ ਦੀ ਇਸ ਗੱਲਬਾਤ ਵਿੱਚ ਹਿੱਸਾ ਲਿਆ, ਬਹੁਤ ਬੇਸ਼ਕੀਮਤੀ ਗੱਲਾਂ ਸਾਂਝੀਆਂ ਕੀਤੀਆਂ। ਅਤੇ ਤੁਹਾਡੇ ਆਉਣ ਵਾਲੇ ਮੁਕਾਬਲਿਆਂ ਦੇ ਲਈ ਤੁਹਾਨੂੰ ਸ਼ੁਭਕਾਮਨਾਵਾਂ ਭੇਟ ਕਰਦੇ ਹਾਂ, ਅਤੇ ਸਟੂਡੀਓ ਵਿੱਚ ਆਉਣ 'ਤੇ ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ। ਧੰਨਵਾਦ, ਥੈਂਕ ਯੂ ਸੋ ਮਚ।